ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਵੀ ਜਰੂਰ ਦਬਿਓ ਅੱਜ ਗੱਲ ਕਰਦੇ ਹਾਂ 11 ਜੂਨ ਦੇ ਮੌਸਮ ਨੂੰ ਜਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰ ਦਿਓ ਜਿਵੇਂ ਕਿ ਕੱਲ ਆਪਾਂ 10 ਜੂਨ ਨੂੰ ਦੇਖਿਆ ਸੀਗਾ ਕਿ ਦੁਪਹਿਰ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਹਨੇਰੀ ਤੇ ਗੜੇਮਾਰੀ ਦਾ ਅਸਰ ਹੋਇਆ ਤੇ ਉਸੇ ਤਰ੍ਹਾਂ ਹੀ ਰਾਤ ਨੂੰ ਮੌਸਮ ਰਿਹਾ ਤੇ ਅੱਜ 11 ਜੂਨ ਨੂੰ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਸਵੇਰ ਵੇਲੇ ਤੋਂ ਹੀ ਬੱਦਲਵਾਈ ਬਣੀ ਹੋਈ ਹੈ ਤੇ ਅੱਜ ਵੀ ਮੀਂਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਕਾਰਵਾਈਆਂ ਟੁੱਟਮੀਆਂ ਲਗਾਤਾਰ ਪੰਜਾਬ ਦੇ ਸਾਰੇ ਹਿੱਸਿਆਂ ਵਿੱਚ ਹੀ ਅੱਜ ਵੀ ਹੁੰਦੀਆਂ ਰਹਿਣਗੀਆਂ ਪਰ ਇਹ ਜਾਨਕੀ ਦੁਪਹਿਰ ਤੋਂ ਬਾਅਦ ਵੱਡੇ ਪੱਧਰ ਤੇ ਕਾਰਵਾਈਆਂ ਦੀ ਆਸ ਕੀਤੀ ਜਾ ਸਕਦੀ ਹੈ ਤੇ ਸਵੇਰ ਵੇਲੇ ਮੀ ਕਈ ਜਗ੍ਹਾ ਪੈ ਸਕਦਾ ਹੈ ਪਰ ਉਨੇ ਵੱਡੇ ਪੱਧਰ ਤੇ ਆਸ ਘੱਟ ਹੈ ਜਿਵੇਂ ਅੱਜ ਦੁਪਹਿਰ ਬਾਅਦ ਤੋਂ ਤਕਰੀਬਨ ਪੰਜਾਬ ਵਿੱਚ ਕੱਲ ਵਾਂਗੂ ਇੱਕ ਵਾਰ ਫਿਰ ਤੋਂ ਚੰਗੇ ਮੀਂਹਾਂ ਦੀ ਉਮੀਦ ਕੀਤੀ ਜਾ ਸਕਦੀ ਹੈ ਤੇ ਕਈ ਜਗ੍ਹਾ ਵਿੱਚ ਕੱਲ ਵਾਂਗ ਹਲਕੀ ਫੁਲਕੀ ਗੜੇਮਾਰੀ ਵੀ ਹੋ ਸਕਦੀ ਹੈ ਤੇ ਜੇਕਰ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਪੈਣ ਨਾਲ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਗਰਮੀ ਤੋਂ ਰਾਹਤ ਹੈ ਤੇ ਟੈਂਪਰੇਚਰ ਵੀ ਤਕਰੀਬਨ ਇੱਕ ਵਾਰ ਫਿਰ ਤੋਂ ਉਹੀ 23 35 ਡਿਗਰੀ ਦੇ ਆਸ-ਪਾਸ ਆ ਗਿਆ ਹੈ ਤੇ ਅੱਜ ਵੀ ਤਕਰੀਬਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਦੀ ਉਮੀਦ ਹੈ ਇਹ तकरीबन ਸਾਰੇ ਹੀ ਪੰਜਾਬ ਵਿੱਚ ਹੈ ਕੱਲਾ ਇਦਾਂ ਨਹੀਂ ਕਿ ਇੱਕ ਪਾਸੇ ਮਾਝਾ ਮਾਲਵਾ ਦੁਆਬਾ तकरीबन ਸਾਰੇ ਹੀ ਪਾਸੇ ਬੱਦਲਵਾਈ ਭਣੀ ਹੋਈ ਹੈ ਤੇ तकरीबन ਸਾਰੇ ਹੀ ਪੰਜਾਬ ਵਿੱਚ ਅੱਜ ਵੀ ਝੜੇनुਮਾ ਮੀਂਹ ਪੈ ਸਕਦਾ ਹੈ ਪਰ ਇਹ ਕਾਰਵਾਈਆਂ ਲਗਾਤਾਰ ਟੁੱਟਮੀਆਂ ਅਲੱਗ-ਅਲੱਗ ਲਾਕਿਆਂ ਵਿੱਚ ਲਗਾਤਾਰ ਹੁੰਦੀਆਂ ਰਹਿਣਗੀਆਂ ਬਾਕੀ ਤੁਸੀਂ ਵੀ ਮੌਸਮ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ